ਹੈਲੋ ਡੀਅਰ ਸਟੂਡੈਂਟਸ ਬਹੁਤ ਹੀ ਪਿਆਰੇ ਬੱਚਿਓ ਬੇਟਾ ਅੱਜ ਆਪਾਂ ਤੁਹਾਡੇ ਐਨਐਮਐਮਐਸ ਐਮਐਸ ਦੇ ਇਗਜ਼ਾਮ ਦੇ ਲਈ ਸਮਾਜਿਕ ਸਿੱਖਿਆ ਨਾਲ ਸੰਬੰਧਿਤ ਕੁਝ ਕੁਐਸਚਨਸ ਕਰਾਂਗੇ ਇਹ ਕੁਐਸਚਨਸ ਪਹਿਲਾਂ ਵੀ ਤੁਹਾਡੇ ਇਗਜ਼ਾਮ ਦੇ ਵਿੱਚ ਆ ਚੁੱਕੇ ਨੇ ਤੇ ਆਉਣ ਵਾਲੇ ਇਗਜ਼ਾਮ ਵਾਸਤੇ ਵੀ ਕਾਫੀ ਇੰਪੋਰਟੈਂਟ ਨੇ ਮੈਨੂੰ ਉਮੀਦ ਹੈ ਵੀ ਤੁਸੀਂ ਇਹ ਵੀਡੀਓ ਨੂੰ ਧਿਆਨ ਨਾਲ ਦੇਖੋਗੇ ਸੁਣੋਗੇ ਤੇ ਇਹਨਾਂ ਦੇ ਨਾਲ ਰੈਲੇਵੈਂਟ ਕੁਐਸਚਨਸ ਵੀ ਆਪਣੀ ਬੁੱਕ ਦੇ ਵਿੱਚੋਂ ਨਾਲ-ਨਾਲ ਕਰੀ ਚੱਲੋਗੇ ਸੋ ਅੱਜ ਦਾ ਪਹਿਲਾ ਕੁਐਸਚਨ ਹੈ ਕੁਐਸਚਨ ਨੰਬਰ 106 ਹੇਠ ਲਿਖਿਆਂ ਵਿੱਚੋਂ ਕਿਹੜਾ ਪਰਮਾਨੁੱਖ ਖਣਿਜ ਪਦਾਰਥ ਹੈ ਸਾਡੇ ਕੋਲ ਚਾਰ ਆਪਸ਼ਨਸ ਨੇ ਲੋਹਾ ਅਬਰਕ ਥੋਰੀਅਮ ਜਾਂ ਫਿਰ ਮੈਗਨੀਸ਼ੀਅਮ ਬੇਟਾ ਇਹਨਾਂ ਚਾਰਾਂ ਵਿੱਚੋਂ ਰਾਈਟ ਆਨਸਰ ਸਾਡੇ ਕੋਲ ਆ ਗਿਆ ਥਰਡ ਆਪਸ਼ਨ ਥੋਰੀਅਮ ਇਹ ਕੀ ਹੈ ਪਰਮਾਣੂ ਪਦਾਰਥ ਹੈ ਨੈਕਸਟ ਕੁਐਸਚਨ ਕੁਐਸਚਨ ਨੰਬਰ 107 ਧੂ ਧੁੰਦ ਕਿਸ ਦਾ ਸਮੇਲ ਹੈ ਭਾਵ ਸਮੋਗ ਜਨੂੰ ਆਪਾਂ ਇੰਗਲਿਸ਼ ਚ ਬੋਲਦੇ ਹਾਂ ਸਮੋਗ ਇਹ ਵੀ ਦੇਖਿਓ ਵੀ ਤੁਹਾਨੂੰ ਇਹ ਪੇਪਰ ਇੰਗਲਿਸ਼ ਤੇ ਪੰਜਾਬੀ ਦੋਨੇ ਮੀਡੀਅਮ ਚ ਆਏਗਾ ਸੋ 107 ਨੰਬਰ ਕੁਐਸਚਨ ਦੇ ਆਪਸ਼ਨ ਨੇ ਵਾਯੂ ਅਤੇ ਜਲਵਾਸ਼ਪ ਵਾਯੂ ਅਤੇ ਪਾਣੀ ਪਾਣੀ ਅਤੇ ਧੁੰਦ ਧੂਆਂ ਅਤੇ ਧੁੰਦ ਸੋ ਇਹ ਜੋ ਰਾਈਟ ਆਪਸ਼ਨ ਹੈ ਜਿਹੜੀ ਸਮੋਗ ਦਾ ਮਿਕਸਰ ਕਹਾਦਾ ਹੁੰਦਾ ਹੈ ਧੂਆਂ ਅਤੇ ਧੁੰਦ ਦਾ 4 ਆਪਸ਼ਨ ਇਜ਼ ਆ ਰਾਈਟ ਆਪਸ਼ਨ ਸੋ ਅੱਗੇ ਚੱਲਦੇ ਹਾਂ ਕੁਐਸਚਨ ਨੰਬਰ 107 ਤੁਹਾਡੇ ਸਾਹਮਣੇ ਆ ਗਿਆ ਇਹਦੇ ਵਿੱਚ ਹੈ ਸੁਨਾਮੀ ਕਿਸ ਭਾਸ਼ਾ ਤੋਂ ਲਿਆ ਗਿਆ ਸ਼ਬਦ ਹੈ ਕਾਫੀ ਇੰਪੋਰਟੈਂਟ ਕੁਐਸਚਨ ਹੈ ਬੇਟਾ ਸੁਨਾਮੀ ਜਿਹੜੀਆਂ ਸਮੁੰਦਰ ਦੇ ਵਿੱਚ ਬਹੁਤ ਵੱਡੀਆਂ-ਵੱਡੀਆਂ ਲਹਿਰਾਂ ਆਉਂਦੀਆਂ ਨੇ ਉਹ ਕਿਹੜੀ ਭਾਸ਼ਾ ਦਾ ਸ਼ਬਦ ਹੈ ਜਪਾਨੀ ਭਾਸ਼ਾ ਦਾ ਸ਼ਬਦ ਹੈ ਸੋ ਰਾਈਟ ਆਨਸਰ ਆ ਗਿਆ ਜਪਾਨੀ ਭਾਸ਼ਾ ਨੈਕਸਟ ਕੁਐਸਚਨ ਤੁਹਾਡੇ ਕੋਲ ਆ ਗਿਆ ਕੁਐਸਚਨ ਨੰਬਰ 109 ਹੇਰ ਲਿਖਿਆਂ ਵਿੱਚੋਂ ਕਿਸ ਨੂੰ ਤਾਂਬੇ मिलाके ਕਾਂਸਾ ਬਣਾਇਆ ਜਾਂਦਾ ਹੈ ਤਾਂਬੇ ਦੇ ਵਿੱਚ ਕਿਹੜੀ ਚੀਜ਼ ਨੂੰ ਮਿਕਸ ਕਰਕੇ ਕਾਂਸਾ ਬਣਾਇਆ ਜਾਂਦਾ ਹੈ ਆਪਸ਼ਨ ਨੇ ਸਾਡੇ ਕੋਲੇ ਜਿਸਤ ਨਿਕਲ ਸੋਨਾ ਜਾਂ ਫਿਰ ਟਿਨ ਸੋਇਚ ਰਾਈਟ ਆਨਸਰ ਹੈ ਬੇਟਾ ਫੋਰਥ ਨੰਬਰ ਆਪਸ਼ਨ ਹੈ ਟਿਨ ਟਿਨ ਨੂੰ ਨੂੰ ਬੇਟਾ ਜਦੋਂ ਤਾਂਬੇ ਦੇ ਵਿੱਚ ਮਿਲਾਇਆ ਜਾਂਦਾ ਹੈ ਤਾਂ ਉਹ ਤੋਂ ਨਵੀਂ ਤਾਦ ਬਣਾਈ ਜਾਂਦੀ ਹੈ ਕਾਂਸਾ ਠੀਕ ਹੈ ਜੀ ਨੈਕਸਟ ਕੁਐਸਚਨ ਹੈ ਕੁਐਸਚਨ ਨੰਬਰ 110 អਯូន ਪਰਤ ਕਿਹੜੇ ਮੰਡਲ ਵਿੱਚ ਪਾਈ ਜਾਂਦੀ ਹੈ ਬੇਟਾ អਯូន ਪਰਤ ਇੱਕ ਅਜਿਹੀ ਪਰਤ ਹੈ ਜਿਹੜੀ ਸੂਰਜ ਦੀਆਂ ਹਾਨੀਕਾਰਕ ਜਿਹੜੀਆਂ ਪਰავੈਂਗਣੀ ਕਿਰਨਾਂ ਨੇ ਉਹਨਾਂ ਨੂੰ ਧਰਤੀ ਦੇ ਵਾਤਾਵਰਣ ਵਿੱਚ ਮਿਲਣ ਤੋਂ ਰੋਕਦੀ ਹੈ ਸੋ ਇਹ ਕਿਹੜੇ ਮੰਡਲ ਦੇ ਵਿੱਚ ਪਾਈ ਜਾਂਦੀ ਹੈ ਸੋ ਦਾ ਰਾਈਟ ਆਪਸ਼ਨ ਆ ਗਿਆ ਬੇਟਾ ਜੀ ਸੈਕਿੰਡ ਸਮਤਾਪ ਮੰਡਲ ਦੇ ਵਿੱਚ ਪਾਈ ਜਾਂਦੀ ਹੈ ਸੋ ਇਸ ਤਰ੍ਹਾਂ ਇਹ ਕੁਐਸਚਨ ਦਾ ਅਨਸਰ ਨੇ ਨੈਕਸਟ ਕੁਐਸਚਨ ਆਪਾਂ ਦੇਖਦੇ ਹਾਂ ਕੁਐਸਚਨ ਨੰਬਰ 11 111 ਦੇ ਵਿੱਚ ਆਪਣੇ ਕੋਲੇ ਆ ਗਿਆ ਪੰਜਾਬ ਦਾ ਸਭ ਤੋਂ ਪਰ ਦੂਸ਼ਿਤ ਸ਼ਹਿਰ ਕਿਹੜਾ ਹੈ ਦੇਖੋ ਪ੍ਰਦੂਸ਼ਣ ਵਾਸਤੇ ਜਿਆਦਾਤਰ ਇੰਡਸਟਰੀਜ਼ ਜ਼ਿੰਮੇਵਾਰ ਹੁੰਦੀਆਂ ਨੇ ਤਾਂ ਪੰਜਾਬ ਦੇ ਸਭ ਤੋਂ ਜਿਆਦਾ ਇੰਡਸਟਰੀ ਕਿੱਥੇ ਨੇ ਲੁਧਿਆਣਾ ਸੋ ਇਹਦਾ ਰਾਈਟ ਆਪਸ਼ਨ ਆ ਗਿਆ ਜੀ ਲੁਧਿਆਣਾ ਸੈਕਿੰਡ ਆਪਸ਼ਨ ਇਜ਼ ਦਾ ਰਾਈਟ ਆਂਸਰ ਨੈਕਸਟ ਕੁਐਸਚਨ ਆ ਗਿਆ ਕੁਐਸਚਨ ਨੰਬਰ 112 ਚਾਵਲ ਮੁੱਖ ਤੌਰ ਤੇ ਕਿਹੋ ਜਿਹੇ ਜਲਵਾਯੂ ਵਾਲੇ ਖੇਤਰਾਂ ਵਿੱਚ ਪੈਦਾ ਕੀਤਾ ਜਾਂਦਾ ਦੇਖੋ ਚਾਵਲ ਪੈਦਾ ਕਰਨ ਵੇਲੇ ਸਾਨੂੰ ਪਤਾ ਵੀ ਪਾਣੀ ਦੀ ਵੀ ਲੋੜ ਹੁੰਦੀ ਹੈ ਤੇ ਗਰਮੀ ਦੀ ਇਸ ਕਰਕੇ ਕਿੱਥੇ ਹੋਊਗਾ ਜਿੱਤੇ ਗਰਮ ਅਤੇ ਸਿੱਲਾ ਜਾਂ ਮੌਸਮ ਹੋਊਗਾ ਸੋ ਇਹਦੇ ਵਿੱਚ ਰਾਈਟ ਆਨਸਰ ਕੀ ਆ ਗਿਆ ਗਰਮ ਅਤੇ ਤਰ ਖੇਤਰ ਜਿਵੇਂ ਭਾਰਤ ਦੇ ਵਿੱਚ ਪੱਛਮੀ ਬੰਗਾਲ ਹੈ ਬਿਹਾਰ ਹੈ ਇਧਰਲੇ ਪਾਸੇ ਜਿਆਦਾ ਚਾਵਲ ਹੁੰਦੇ ਆ ਪੰਜਾਬ ਦੇ ਵਿੱਚ ਅਸੀਂ ਸਾਡੇ ਕੋਲ ਐਗਰੀਕਲਚਰ ਦੇ ਸਾਧੇ ਕੋਲ ਸਿੰਚਾਈ ਦੇ ਸਾਧਨ ਹੀ ਨੇ ਜਿਆਦਾ ਨਹੀਂ ਵੀ ਅਸੀਂ ਪੰਜਾਬ ਪੰਜਾਬ ਦੇ ਵਿੱਚ ਵੀ ਚਾਵਲ ਕਾਫੀ ਜਿਆਦਾ ਉਗਾ ਰਹੇ ਹਾਂ ਸੋ ਅਦਰਵਾਈਜ਼ ਗਰਮ ਅਤੇ ਤਰ ਖੇਤਰ ਵਾਲੇ ਏਰੀਆ ਦੇ ਵਿੱਚ ਚਾਵਲ ਹੁੰਦਾ ਹੈ ਨੈਕਸਟ ਕੁਐਸਚਨ ਆ ਗਿਆ ਕੁਐਸਚਨ ਨੰਬਰ 113 ਬਾਕਸਾਈਟ ਕਿਸ ਦੀ ਕੱਚੀ ਤਾਤ ਹੈ ਸੋ ਬਾਕਸਾਈਟ ਦੀ ਆਪਾਂ ਕੱਚੀ ਤਾਤ ਨਹੀਂ ਸਾਡੇ ਕੋਲ ਚਾਰ ਆਪਸ਼ਨ ਨੇ ਲੋਹਾ ਤੇ ਇਸਪਾਤ ਤਾਂਬਾ ਐਲੂਮੀਨੀਅਮ ਜਾਂ ਫਿਰ ਅਬਰਕ ਸੋ ਇਹਦੇ ਵਿੱਚੋਂ ਰਾਈਟ ਆਨਸਰ ਬੇਟਾ ਜੀ ਆਊਗਾ ਐਲੂਮੀਨੀਅਮ ਥਰਡ ਆਪਸ਼ਨ ਇਜ਼ ਦਾ ਰਾਈਟ ਆਨਸਰ ਸੋ ਇਹਦਾ ਆਨਸਰ ਆ ਗਿਆ ਐਲੂਮੀਨੀਅਮ ਮੈਨੂੰ ਉਮੀਦ ਹੈ ਵੀ ਤੁਸੀਂ ਨਾਲ-ਨਾਲ ਕੁਐਸਚਨਸ ਨੂੰ ਟਿਕ ਕਰੀ ਜਾਂਦੇ ਹੋਵੋਗੇ ਆਪਣੇ ਕੋਲੇ ਨੋਟ ਕਰੀ ਚਲੋ ਬੇਟਾ ਸੋ ਨੈਕਸਟ ਕੁਐਸਚਨ ਸਾਡੇ ਕੋਲੇ ਆ ਗਿਆ ਕੁਐਸਚਨ ਨੰਬਰ 114 ਖੇਤਰਫਲ ਦੇ ਹਿਸਾਬ ਨਾਲ ਸਭ ਤੋਂ ਛੋਟਾ ਮਹਾਸਾਗਰ ਕਿਹੜਾ ਹੈ ਸਾਡੇ ਕੋਲ ਚਾਰ ਆਪਸ਼ਨ ਨੇ ਸਭ ਤੋਂ ਛੋਟਾ ਮਹਾਸਾਗਰ ਕਿਹੜਾ ਹੈ ਬੇਟਾ ਜਿਹਦੇਆਂ ਵਿੱਚੋਂ ਆਰਕਟਿਕ ਮਹਾਸਾਗਰ ਸਭ ਤੋਂ ਛੋਟਾ ਮਹਾਸਾਗਰ ਹੈ ਸੋ ਇਹਦਾ ਰਾਈਟ ਆਨਸਰ ਆ ਗਿਆ ਆਰਕਟਿਕ ਮਹਾਸਾਗਰ ਆਪਾਂ ਅੱਗੇ ਦੇਖਦੇ ਹਾਂ ਕੁਐਸਚਨ ਨੰਬਰ 115 ਤੁਹਾਡੀ ਸਕਰੀਨ ਦੇ ਉੱਤੇ ਆ ਗਿਆ ਚਾਹ ਦੀ ਖੇਤੀ ਲਈ ਲੋੜ ਹੈ অপਸ਼ਨ ਨੇ ਜੇ ਚਾਰ অপਸ਼ਨ ਦਿੱਤੇ ਨੇ ਵਿੱਚ ਜੋ ਚਾਹ ਦੀ ਖੇਤੀ ਵਸ ਤੁਹਾਨੂੰ ਕੀ ਤੇ ਗਰਮ ਜਲਵਾਯੂ ਅਤੇ ਜਿਆਦਾ ਵਰਖਾ ਗਰਮ ਜਲਵਾਯੂ ਜਲਵਾਯੂ ਨਹੀਂ ਚਾਹੀਦੀ ਠੰਡਾ ਜਲਵਾਯੂ ਅਤੇ ਜਿਆਦਾ ਵਰਖਾ ਬਿਲਕੁਲ ਆਪਾਂ ਨੂੰ ਬਤਾਈ ਵੀ ਜਿਹੜੀ ਚਾਹ ਹੈ ਉਹ ਜ਼ਿਆਦਾਤਰ ਪਹਾੜਾਂ ਦੇ ਵਿੱਚ ਹੁੰਦੀ ਹੈ ਜਿੱਥੇ ਠੰਡ ਹੁੰਦੀ ਹੈ ਤੇ ਵਰਖਾ ਵੀ ਕਾਫੀ ਹੁੰਦੀ ਹੋਵੇ ਉੱਥੇ ਕੀ ਆਜੂਗਾ ਠੰਡੀ ਜਲਵਾਯੂ ਜਾਂ ਠੰਡਾ ਜਲਵਾਯੂ ਅਤੇ ਜਿਆਦਾ ਪਰ ਕადი ਲੋਰੇ ਨੈਕਸਟ ਕੁਐਸਚਨ ਆ ਗਿਆ 116 ਨੰਬਰ ਕੁਐਸਚਨ ਨਾਗਾ ਪਹਾੜ ਕਿੱਥੇ ਸਥਿਤ ਹੈ ਜੰਮੂ ਅਤੇ ਕਸ਼ਮੀਰ ਹਿਮਾਚਲ ਪ੍ਰਦੇਸ਼ ਆਸਾਮ ਅਤੇ ਨਾਗਾਲੈਂਡ ਸੋ ਇਹਨਾਂ ਚਾਰਾਂ ਆਪਸ਼ਨ ਦੇ ਵਿੱਚੋਂ ਬੇਟਾ ਰਾਈਟ ਆਪਸ਼ਨ ਅਸੀਂ ਲਾ ਸਕਦੇ ਹਾਂ ਜੰਮੂ ਅਤੇ ਕਸ਼ਮੀਰ ਜੀਐਨਕੇ ਦੇ ਵਿੱਚ ਹੈ ਅਦਰਵਾਈਜ਼ ਇਹ ਪਾਕਿਸਤਾਨਕੂਬੜ ਕਸ਼ਮੀਰ ਦੇ ਵਿੱਚ ਆ ਜਾਂਦਾ ਹੈ ਸੋ ਨੈਕਸਟ ਕੁਐਸਚਨ ਸਾਡੇ ਕੋਲੇ ਆ ਗਿਆ ਜਲਵਾਯੂ ਦੇ ਆਧਾਰ ਨਾਲ ਖੰਜੂਰ ਥੋਹਰ ਅਤੇ ਕੰਡੇਦਾਰ ਝਾੜੀਆਂ ਕਿਸ ਕਿਸਮ ਦੀ ਬਨਸਪਤੀ ਨਾਲ ਸੰਬੰਧਤ ਹਨ ਦੇਖੋ ਕਹੇ ਜੀਆਂ ਬਨਸਪਤੀਆਂ ਹੈ ਖੁਸ਼ਕ ਬਨਸਪਤੀ ਹੈ ਸੋ ਦਾ ਰਾਈਟ ਆਨਸਰ ਕੀ ਆਊਗਾ ਜੀ ਦੇਖੋ ਦੀ ਰਾਈਟ অপਸ਼ਨ ਆ ਗਈ ਮਾਰੂਥਲੀ फोर्थ ਆਪਸ਼ਨ ਇਹਦੇ ਵਿੱਚ ਬਟਾ ਰਾਈਟ ਆਜੂਗੀ ਮਾਰੂਥਲੀ ਬਨਸਪਤੀ ਸੋ ਨੈਕਸਟ ਕੁਐਸਚਨ ਆਪਾਂ ਕੁਝ ਹੋਰ ਕਰਦੇ ਹਾਂ ਇਹਦੇ ਨਾਲ ਨਾਲ ਅੱਜ ਅੱਗੇ ਤੁਹਾਡੇ ਕੋਲ ਆ ਗਿਆ ਨਾਗਰੀ ਸ਼ਾਸਤਰ ਦਾ ਪਾਰਟ ਆ ਗਿਆ ਜਿਹਦੇ ਵਿੱਚ ਕੁਐਸਚਨ ਨੰਬਰ 18 118 ਨੰਬਰ ਕੁਐਸਚਨ ਹੈ ਕਹਿੰਦਾ ਹੇਠ ਲਿਖਿਆਂ ਵਿੱਚੋਂ ਕਿਹੜੀ ਭਾਰਤੀ ਸੰਵਿਧਾਨ ਦੀ ਵਿਸ਼ੇਸ਼ਤਾ ਨਹੀਂ ਹੈ ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ ਦੇ ਵਿੱਚੋਂ ਇਹਨਾਂ ਵਿੱਚੋਂ ਕਿਹੜੀ ਸੰਵਿਧਾਨ ਦੀ ਵਿਸ਼ੇਸ਼ਤਾ ਨਹੀਂ ਹੈ ਬੰਤਰ ਵਿੱਚ ਸੰਘਾਤਮਕ ਅਤੇ ਅਸਲ ਰੂਪੀཅੇ ਕਾਤਮਕ এবੀ ਹੈਗੀ ਐ ਸੰਸਦੀ ਸ਼ਾਸਨ ਪ੍ਰਣਾਲੀ ਇਹ ਤਾਂ ਹੈਗੀ ਹੋਈ ਹੈਗੀ ਲੋਕਤੰਤਰੀ ਕੇਂਦਰੀਕਰਨ ਹਾਂਜੀ ਇਹ ਆ ਸਕਦਾ ਹੈ ਲੋਕਤੰਤਰੀ ਸੈਂਟਰਲਾਈਜੇਸ਼ਨ ਕੇਂਦਰੀਕਰਨ ਨਹੀਂ ਹੈ ਅਸੀਂ ਸਾਰੇ ਲੋਕਾਂ ਨੂੰ ਬਰਾਬਰ ਦੇ ਰਾਈਟਸ ਦਿੱਤੇ ਗਏ ਨੇ ਕਿਤੇ ਇੱਕ ਥਾਂ ਤੇ ਸੰਗ੍ਰਹਿਤ ਕਰਕੇ ਨਹੀਂ ਰੱਖੇਗੇ ਜਾਂ ਇੱਕ ਥਾਂ ਤੇ ਸੈਂਟਰਲਾਈਜ਼ ਕਰਕੇ ਨਹੀਂ ਇਹ ਅਧਿਕਾਰ ਰੱਖੇਗੇ ਸੋ ਨੈਕਸਟ ਕੁਐਸਚਨ ਆ ਗਿਆ ਕੁਐਸਚਨ ਨੰਬਰ 119 ਭਾਰਤੀ ਸੰਵਿਧਾਨ ਦੇ ਵਿੱਚ ਅਨੁਛੇਦ ਰਾਹੀਂ ਛੂਛਾ ਦੀ ਮਨਾਹੀ ਕਰਕੇ ਇਸ ਨੂੰ ਖਤਮ ਕਰ ਦਿੱਤਾ ਗਿਆ ਹੈ ਮੋਸਟ ਇੰਪੋਰਟੈਂਟ ਕੁਐਸਚਨ ਹੈ ਬੇਟਾ ਇਹਦੇ ਵਿੱਚ ਰਾਈਟ ਆਨਸਰ ਆਊਗਾ ਅਨੁਛੇਦ ਸਟਾਰਾ ਅਨੁਛੇਦ 17 ਰਾਹੀਂ ਭਾਰਤੀ ਸੰਵਿਧਾਨ ਦੇ ਵਿੱਚ ਇਸ ਜਿਹੜੀ ਛੂਤਛਾਤ ਦੀ ਸੀ ਅਨਟਚੇਬਿਲਟੀ ਦੀ ਜਿਹੜੀ ਕੋ ਹੋ ਸੀ ਉਸ ਨੂੰ ਖਤਮ ਕਰ ਦਿੱਤਾ ਗਿਆ ਹੈ ਨੈਕਸਟ ਕੁਐਸਚਨ ਕੁਐਸਚਨ ਨੰਬਰ 120 ਹੇਰ ਲਿਖਿਆਂ ਵਿੱਚੋਂ ਕਿਹੜਾ ਤੱਤ ਸਾਡੇ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਨਹੀਂ ਹੈ ਸਾਡੇ ਭਾਵੇਂ ਜਿਹੜੀ ਸਾਡੀ ਪ੍ਰੈਮਬਲ ਹੈ ਉਹਦੇ ਵਿੱਚ ਨਹੀਂ ਦਰਜ ਹੈ ਦੇਖੋ ਸਮਾਨਤਾ ਵੀ ਹੈਗਾ ਸਵਤੰਤਰਤਾ ਵੀ ਹੈਗਾ ਨਿਆਂ ਵੀ ਹੈ ਤਾਨਾਸ਼ਾਹੀ ਅਸੀਂ ਡੈਮੋਕਰੇਟਿਕ ਕੰਟਰੀ ਆ ਸਾਡਾ ਡੈਮੋਕਰੇਟਿਕ ਕੰਟਰੀ ਆ ਉਹਦੇ ਵਿੱਚ ਤਾਨਾਸ਼ਾਹੀ ਵਾਸੇ ਡਿਕਟੇਟਰਸ਼ਿਪ ਵਾਸੇ ਕੋਈ ਜਗ੍ਹਾ ਨਹੀਂ ਹੈ ਇਹ ਸਾਡੇ ਪ੍ਰੈਮਬਲ ਦੇ ਵਿੱਚ ਵੀ ਨਹੀਂ ਲਿਖਿਆ ਗਿਆ ਸੋ ਨੈਕਸਟ ਆਪਾਂ ਦੇਖਦੇ ਆਂ ਕੁਐਸਚਨ ਨੰਬਰ 121 ਇਸ ਦੇ ਵਿੱਚ ਆ ਗਿਆ ਜੀ ਸਵਿਧਾਨ ਦਾ ਕਿਹੜਾ ਹਿੱਸਾ ਭਾਰਤ ਵਿੱਚ ਪੰਚਾਇਤੀ ਰਾਜ ਦੀ ਸਥਾਪਨਾ ਕਰਨ ਦਾ ਆਦੇਸ਼ ਦਿੰਦਾ ਹੈ ਪੰਚਾਇਤੀ ਰਾਜ ਹੁੰਦਾ ਜਿਹੜੀਆਂ ਆਪਾਂ ਲੋਕਲ ਗਵਰਨਮੈਂਟਸ ਬੋਲਦੇ ਆ ਜਿਵੇਂ ਪਿੰਡਾਂ ਦੇ ਵਿੱਚ ਪੰਚਾਇਤਾਂ ਸ਼ਹਿਰਾਂ ਦੇ ਵਿੱਚ ਲੋਕਲ ਬਾਡੀਜ਼ ਹੁੰਦੀਆਂ ਮਿਊਨਿਸਪਲ ਕਮੇਟੀਆਂ ਕਾਰਪੋਰੇਸ਼ਨਸ ਹਨਾ ਆ ਜਾਂਦੀਆਂ ਨੇ ਉਹਨਾਂ ਨੂੰ ਅਸੀਂ ਬਟਾ ਬੋਲਦੇ ਆ ਲੋਕਲ ਬਾਡੀਜ਼ ਸੋ ਇਹ ਆਂਦਾ ਸਥਾਨਕ ਲੋਕਤੰਤਰ ਅਧੀਨ ਭਾਗ 9 ਦੇ ਵਿੱਚ ਜੇ ਦੀ ਰਾਈਟ ਆਪਸ਼ਨ ਆਊਗੀ 4th ਵਨ ਸਥਾਨਕ ਲੋਕਤੰਤਰ ਸਰਕਾਰਾਂ ਹੁੰਦੀਆਂ ਜਿਹੜੀਆਂ ਲੋਕਲ ਗਵਰਨਮੈਂਟਸ ਹੁੰਦੀਆਂ ਉਹਦੇ ਅਧੀਨ ਇਹ ਆਂਦਾ ਹੈ ਕੁਐਸਚਨ ਨੰਬਰ 122 ਸਾਰਕਾ ਅਧੀਨ ਸਾਊਥ ਏਸ਼ੀਅਨ ਐਸੋਸੀਏਸ਼ਨ ਫਾਰ ਰੀਜਨਲ ਕਾਰਪੋਰੇਸ਼ਨ ਇਹ ਹੈ ਸਾਡਾ ਦੱਖਣੀ ਏਸ਼ੀਆ ਦੇ ਕੁਝ ਦੇਸ਼ਾਂ ਨੇ ਮਿਲ ਕੇ ਜਿਹਦੇ ਵਿੱਚ 8 ਦੇਸ਼ ਨੇ ਮੌਜੂਦਾ ਸਮੇਂ ਦੇ ਵਿੱਚ ਉਹਨਾਂ ਨੇ ਬਣਾਇਆ ਗਿਆ ਹੈ ਸੋ ਇਹਦੇ ਵਿੱਚ ਰਾਈਟ ਆਪਸ਼ਨ ਕੀ ਆਊਗਾ ਦੱਖਣੀ ਏਸ਼ੀਆਈ ਦੇਸ਼ 122ਵੇਂ ਦਾ ਪਹਿਲਾ ਇਹਦੇ ਵਿੱਚ ਇੱਕ ਕਈ ਵਾਰ ਆ ਜਾਂਦਾ ਸਾਰਕ ਦਾ ਹੇਠ ਲਿਖਿਆਂ ਵਿੱਚੋਂ ਕਿਹੜਾ ਸਾਰਕ ਦਾ ਮੈਂਬਰ ਨਹੀਂ ਹੈ ਤੁਸੀਂ ਯਾਦ ਰੱਖਣਾ ਸਾਡੇ ਗੁਆਂਢੀ ਦੇਸ਼ਾਂ ਵਿੱਚੋਂ ਚੀਨ ਹੈ ਜਿਹੜਾ ਉਹ ਸਾਰਕ ਦਾ ਮੈਂਬਰ ਨਹੀਂ ਹੈ ਇਹਦੀ ਸਥਾਪਨਾ 1985 ਦੇ ਵਿੱਚ ਕੀਤੀ ਗਈ ਸੀ ਕਰੀਅਰ ਬੇਟਾ ਨੈਕਸਟ ਕੁਐਸਚਨ ਤੁਹਾਡੇ ਕੋਲ ਆ ਗਿਆ ਕੁਐਸਚਨ ਨੰਬਰ 123 ਕਿਸ ਭਾਰਤੀ ਨੇਤਾ ਨੇ 562 ਦੇਸੀ ਰਿਆਸਤਾਂ ਭਾਵ ਰਾਜਿਆਂ ਨੂੰ ਇਕੱਠਾ ਕਰਕੇ ਭਾਰਤ ਵਿੱਚ ਸ਼ਾਮਲ ਕਰਨ ਦਾ ਕਾਰਜ ਕੀਤਾ ਕਾਫੀ ਇੰਪੋਰਟੈਂਟ ਕੁਐਸਚਨ ਹੈ ਬੇਟਾ 15 ਗਕ 1947 ਜਦੋਂ ਭਾਰਤ ਆਜ਼ਾਦ ਹੋਇਆ ਤਾਂ ਉਸ ਸਮੇਂ ਅੰਗਰੇਜ਼ਾਂ ਨੇ ਭਾਰਤ ਨੂੰ ਉਸ ਸਥਿਤੀ ਵਿੱਚ ਜਾਦ ਕੀਤਾ ਸੀ ਜਦੋਂ ਉਹਨਾਂ ਨੇ 1600 ਦੇ ਵਿੱਚ ਭਾਰਤ ਵਿੱਚ ਆਏ ਸੀ ਸੋ ਸਮੇਂ ਭਾਰਤ ਵਿੱਚ ਬਹੁਤ ਸਾਰੇ ਰਾਜੇ ਮਹਾਰਾਜੇ ਜਿਹਦੇ ਚ ਲਗਭਗ 562 ਦੇਸੀ ਰਿਆਸਤਾਂ ਸੀ ਇਹਨਾਂ ਨੂੰ ਇਹਨਾਂ ਦਾ ਏਕੀਕਰਨ ਕਰਕੇ ਭਾਰਤ ਵਿੱਚ ਇਹਨਾਂ ਨੂੰ ਸ਼ਾਮਲ ਕੀਤਾ ਗਿਆ ਸੀ ਉਹ ਵਿਅਕਤੀ ਦਾ ਨਾਮ ਦੱਸਣਾ ਬੜਾ ਇੰਪੋਰਟੈਂਟ ਹੈ ਉਨਾ ਨਾਮ ਸੀ ਸਰਦਾਰ ਬੱਲਬਾਈ ਪਟੇਲ ਸੋ 3rd ਆਪਸ਼ਨ ਇਜ਼ ਦਾ ਰਾਈਟ ਆਨਸਰ ਸਰਦਾਰ ਬੱਲਬਾਈ ਪਟੇਲ ਸੋ ਇਹ ਕੁਝ ਕੁਐਸਚਨ ਸੀਗੇ ਲਗਭਗ 17 ਕੁਐਸਚਨ ਆਪਾਂ ਕਰ ਲਏ ਤੁਹਾਨੂੰ 35 ਕੁਐਸਚਨ ਆਉਣੇ ਨੇ ਇਸੇ ਪੇਪਰ ਦੇ ਬਾਕੀ ਰਹਿੰਦੇ ਜਿਹੜੇ 18 ਕੁਐਸਚਨ ਨੇ ਉਹ ਆਪਾਂ ਅਗਲੀ ਵੀਡੀਓਜ਼ ਕਰਾਂਗੇ ਸੋ ਮੈਨੂੰ ਉਮੀਦ ਹੈ ਵੀ ਤੁਸੀਂ ਤੁਹਾਨੂੰ ਇਹ ਕੁਐਸਚਨ ਚੰਗੀ ਤਰ੍ਹਾਂ ਸਮਝ ਆ ਗਏ ਹੋਣਗੇ ਤੁਸੀਂ ਬੇਟਾ ਇਹਨਾਂ ਨੂੰ ਕੁਐਸਚਨਸ ਨੋਟ ਕਰਨਾ ਹੈ ਚੰਗੀ ਤਰ੍ਹਾਂ ਸਮਝਣਾ ਤੇ ਥੋੜਾ ਰਿਮੈਂਬਰ ਕਰਨਾ ਹੈ ਨਾਲ ਨਾਲ ਆਪਣੀ ਬੁੱਕ ਦੇ ਵਿੱਚ ਦੇਖੋ ਵੀ ਇਹ ਕੁਐਸਚਨ ਕਿੱਥੋਂ ਆਇਆ ਵੈ ਉਦੇ ਅੱਗੇ ਪਿੱਛੇ ਇਹਦੇ ਨਾਲ ਰਿਲੇਵੈਂਟ ਜਿਹੜਾ ਵੀ ਕੋਈ ਕੁਐਸਚਨ ਹੋਰ ਹੈ ਉਸ ਨੂੰ ਵੀ ਯਾਦ ਜ਼ਰੂਰ ਕਰਨਾ ਸੋ ਆਈ ਹੋਪ ਯੂ ਇੰਜੋਏਡ ਦਾ ਵੀਡੀਓ ਇਹਨੂੰ ਵੀਡੀਓ ਨੂੰ ਦੇਖਦੇ ਰਹੋ ਆਪਣਾ ਧਿਆਨ ਰੱਖੋ ਤੇ ਪੇਪਰ ਦੀ ਤਿਆਰੀ ਕਰਦੇ ਰਹੋ ਥੈਂਕ ਯੂ ਵੈਰੀ ਮਚ ਪਲੀਜ਼ ਟੇਕ ਕੇਅਰ ਆਫ ਯਰselves ਥੈਂਕ ਯੂ